ਅਸਲਾਮੁਅਲੈਕੁਮ ਸਾਡਾ ਅੱਜ ਸੈਮੀ ਫਾਈਨਲ ਮੈਚ ਹੈਗਾ ਅੱਜ ਫਿਰ ਅਸੀਂ ਹਸਲਪੁਰ ਜਾ ਰਹੇ ਹਾਂ ਸਾਨੂੰ ਸੁਬਹਾ ਸੁਬਹਾ ਕਪਤਾਨ ਨੇ ਉਠਾ ਤਾ 9 ਵਜੇ ਜਾਣਾ ਸੀਗਾ ਅਤੇ ਰੈਡੀ ਹਾਂ ਜਾ ਰਹੇ ਹਾਂ ਹੁਣ ਹਸਲਪੁਰ ਅੱਡੇ 'ਤੇ ਇਕੱਠਾ ਹੋਣਾ ਸੀ ਅੱਡੇ 'ਤੇ ਮੁੰਡੇ ਸਾਰੇ ਇਕੱਠੇ ਹਸਲਪੁਰ ਪਹੁੰਚੇ ਹਾਂ ਅਤੇ ਸਾਨੂੰ ਭੁੱਖ ਬੜੀ ਲੱਗੀ ਹੋਈ ਸੀ ਸਾਨੂੰ ਹੋਟਲ ਨਜ਼ਰ ਆਇਆ ਅਤੇ ਅਸੀਂ ਕਿਹਾ ਚਲੋ ਨਾਸ਼ਤਾ ਕਰ ਲਈਏ ਪਰੌਂਠੇ ਵਗੈਰਾ ਬਣ ਰਹੇ ਸੀਗੇ ਅਸੀਂ ਪਰੌਂਠੇ ਦੇ ਨਾਨ ਚਨੇ ਦਾ ਆਰਡਰ ਕੀਤਾ ਅਤੇ ਬਹਿ ਗਏ ਅਸੀਂ ਫਿਰ ਵੇਟ ਕੀਤਾ ਉਹ 15-20 ਮਿੰਟ ਬਾਅਦ ਜਾ ਕੇ ਉਹਨਾਂ ਨੇ ਸਾਡਾ ਆਰਡਰ ਲਿਆਇਆ ਨਾਨ ਚਨੇ ਦੇ ਗਿਆ ਅਸੀਂ ਨਾਨ ਚਨੇ ਖਾਧੇ ਅਤੇ ਇਹ ਉਹ ਪਿੱਚ ਹੈ ਜਿੱਥੇ ਅਸੀਂ ਖੇਡਣਾ ਸੀ ਅੱਜ ਦਾ ਮੈਚ ਟਫ ਵਿਕਟ ਸੀ ਸਾਡੀ ਟੀਮ ਦਾ ਵਿਰਾਟ ਕੋਹਲੀ ਆਇਆ ਪਿੱਚ ਦਾ ਮੋਇਨਾ ਕਰਨ ਵਾਸਤੇ ਪਿੱਚ ਦੇਖਣਾ ਹੈ ਕਿਸ ਤਰ੍ਹਾਂ ਦੀ ਹੈਗੀ ਹੈ ਬਾਲਿੰਗ ਕੇ ਲਈ ਬੈਸਟ ਰਹੇਗੀ ਬਾਲਿੰਗ ਕੇ ਲਈ ਤੋ ਆਲਵੇਜ਼ ਬੈਸਟ ਹੈ ਬੈਟਿੰਗ ਕੇ ਲਈ ਬੈਟਿੰਗ ਕੇ ਲਈ ਥੋੜਾ ਤੰਗ ਕਰ ਲੋ ਜੀ ਸੁਬਹਾ ਦੇ 9 ਵਜੇ ਦੇ ਆ ਕੇ ਬੈਠੇ ਹੈ ਅਤੇ 11-12 ਵੱਜ ਚੱਲੇ ਆ ਅਤੇ ਟੀਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਕੋਈ ਵੱਧ ਘੱਟ ਤਾਂ ਨੀ ਕਿਹਾ ਕੋਈ ਮਸਲਾ ਤਾਂ ਨੀ ਬਣਿਆ ਫਿਰ ਸਾਡੇ ਨਾਲ ਕੀ ਕੀਤਾ ਉੱਤੋਂ ਤੋਂ ਸਿਰੇ ਵੀ ਸਾਡੇ ਹੋਏ ਜੋ ਕੁਛ ਮਤਲਬ ਇਹ ਹੈ ਕਿ ਤੁਹਾਡਾ ਜੀ ਬੇੜਾ ਗਰਕ ਕਰਤਾ ਸੀ ਅੱਛਾ ਗੱਲ ਸੁਣ ਯਾਰ ਗੇਂਦਾ ਲਿਆ ਤੇਰੀ ਮਿਹਰਬਾਨੀ ਟੀਮ ਆਈ ਨੀ ਫਿਰ ਬਾਹਰ ਜਿਵੇਂ ਬਾਹਰ ਟਰਾਲੀ ਡਿੱਗੀ ਪਈ ਜਾ ਭਰ ਜਾ ਟਰਾਲੀ ਭਰ ਬਾਹਰ ਤਿੰਨ ਘੰਟੇ ਇੰਤਜ਼ਾਰ ਕਰਾਉਣ ਤੋਂ ਬਾਅਦ ਟੀਮ ਆਖਿਰਕਾਰ ਪਹੁੰਚ ਗਈ ਇੰਨਾ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਟਾਸ ਹਾਰ ਗਏ 3 ਘੰਟਾ ਵੇਟ ਕੀਤਾ ਅਸੀਂ ਟੀਮ ਆਈ ਉਹ ਟਾਸ ਜਿੱਤ ਗਈ